ਉੱਥੇ ਬੰਦਾ ਮਾਰ ਕੇ ਝੱਟ ਉਸ ਪਿੰਡ ਤੋਂ ਲੈ ਕੇ ਮੇਰੇ ਘਰੇ ਚਲਾ ਗਿਆ ਯਾਰ, ਕੈਮਰਾ ਲੈ ਕੇ ਮੇਰੇ ਘਰੇ ਚਲਾ ਗਿਆ। ਮੇਰੀ ਮਾਂ ਨੂੰ ਪੁੱਛਦਾ ਕਿ ਨਹੀਂ ਲੱਚਰ ਗਈ ਕੀ ਇਹ ਉਹ। ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਪੰਡਿਤ ਰਾਓ ਧਰੇਂਦਰ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇ ਦੀ ਗਾਇਕੀ 'ਤੇ ਨਿਸ਼ਾਨਾ ਸਾਧਿਆ। ਪੰਡਿਤ ਧਰੇਂਦਰ ਨੇ ਸਿੱਧੂ ਮੂਸੇ ਵਾਲੇ ਦੇ ਨਾਂ 'ਤੇ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ਵਿੱਚ ਉਹਨਾਂ ਲਿਖਿਆ, ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਜੀ, ਨਿਮਰਤਾ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਇੱਕ ਬਹੁਤ ਹੀ ਹੋਣਹਾਰ ਸ਼ਖਸੀਅਤ ਹੋ, ਤੁਹਾਡੇ ਵਿੱਚ ਹੁਨਰ ਕੁੱਟ ਕੁੱਟ ਕੇ ਭਰਿਆ। ਇਸ ਤੋਂ ਇਲਾਵਾ ਰੱਬ ਨੇ ਤੁਹਾਨੂੰ ਚੰਗੇ ਸੁਰਾਂ ਦੀ ਦਾਤ ਵੀ ਦਿੱਤੀ ਹੈ। ਇੰਨਾ ਹੀ ਨਹੀਂ, ਆਪਣੇ ਘਰ ਦੇ ਆਂਗਣ ਵਿੱਚ ਹੀ ਪਵਿੱਤਰ ਪੰਜਾਬੀ ਭਾਸ਼ਾ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾਉਣ ਵਾਲੇ ਮਾਤਾ ਪਿਤਾ ਤੁਹਾਨੂੰ ਮਿਲੇ ਹਨ, ਜੋ ਤੁਹਾਡੇ 'ਤੇ ਹਰ ਵਕਤ ਫਖਰ ਮਹਿਸੂਸ ਕਰਦੇ ਹਨ। ਇੰਨਾ ਹੀ ਨਹੀਂ, ਤੁਸੀਂ ਮੂਸੇ ਪਿੰਡ ਵਰਗੇ ਸਾਹੂ ਲੋਕਾਂ ਭਰੀ ਧਰਤੀ 'ਤੇ ਜਨਮ ਲਿਆ, ਪਰ ਤੁਸੀਂ ਵੱਡੇ ਹੋ ਕੇ ਉਸੇ ਮੂਸੇ ਪਿੰਡ ਬਾਰੇ ਬੰਦਾ ਮਾਰ ਕਸੂਰ ਪੁੱਛਦੇ ਵਾਲਾ ਗੀਤ ਗਾ ਕੇ ਪੂਰੇ ਮੂਸੇ ਪਿੰਡ ਦੀ ਬੇਇੱਜ਼ਤੀ ਅਤੇ ਬਦਨਾਮੀ ਕੀਤੀ ਹੈ। ਇੰਨਾ ਹੀ ਨਹੀਂ, ਤੁਹਾਡੇ 'ਤੇ ਫਖਰ ਕਰਨ ਵਾਲੇ ਤੁਹਾਡੇ ਮਾਤਾ ਪਿਤਾ ਹੀ ਤੁਹਾਡੇ ਜ਼ਹਿਨ ਵਿੱਚ ਵੀ ਅਸਲਾ ਹੋਣ ਦੇ ਡਰ ਨਾਲ ਜੀ ਰਹੇ ਹਨ। ਚੇਤੇ ਰੱਖਿਓ, ਤੁਹਾਨੂੰ ਚੰਗੇ ਸੁਰ ਦੇਣ ਵਾਲਾ ਵੀ ਤੁਹਾਡੇ 'ਤੇ ਰੱਬ ਨਾਰਾਜ਼ ਹੈ, ਕਿਉਂਕਿ ਉਸ ਰੱਬ ਵੱਲੋਂ ਦਿੱਤੇ ਗਏ ਸੁਰਾਂ ਤੋਂ ਸਿਰਫ ਅਤੇ ਸਿਰਫ ਇੱਕੋ ਇੱਕ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ, ਪਰ ਤੁਸੀਂ ਤਾਂ ਗਾਣੇ ਵਿੱਚ ਅਸਲੇ ਦੀ ਉਸਤਤ ਕੀਤੀ ਹੈ। ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਨ ਤੋਂ ਬਾਅਦ ਇਮਾਨਦਾਰੀ ਦੀ ਰੋਟੀ ਖਾਣ ਵਾਲੇ ਜੱਟ ਸਮੁਦਾਏ ਦੀ ਵੀ ਤੁਸੀਂ ਗਾਣਿਆਂ ਦੇ ਵਿੱਚ ਬੇਇੱਜ਼ਤੀ ਕੀਤੀ ਹੈ। ਆਮ ਲੋਕਾਂ ਨੂੰ ਸੁਰੱਖਿਆ ਦੇਣ ਵਾਲੇ ਪੁਲਿਸ ਨੂੰ ਵੀ ਬੈਡ ਫੈਲਾ ਗਾਣੇ ਵਿੱਚ ਪੁਲਿਸ ਨੂੰ ਗੋਡਿਆਂ ਭਾਰ ਬਿਠਾ ਕੇ ਦੁਨੀਆਂ ਦੀ ਸਾਰੀ ਪੁਲਿਸ ਦੀ ਬੇਇੱਜ਼ਤੀ ਕੀਤੀ ਹੈ। ਯਾਦ ਰੱਖੀ, ਜਿਸ ਦਿਨ ਪੁਲਿਸ ਦੇ ਸ਼ਿਕੰਜੇ ਵਿੱਚ ਆਓਗੇ ਤਾਂ ਖੁਦ ਗੋਡੇ ਭਾਰ ਬੈਠਣ ਵਿੱਚ 2 ਮਿੰਟ ਵੀ ਨਹੀਂ ਲੱਗਣਗੇ। ਇੰਨਾ ਹੀ ਨਹੀਂ, ਤੁਸੀਂ ਤਾਂ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਭੜਕਾਊ ਗਾਣੇ ਲਿਖ ਕੇ ਅਤੇ ਗਾ ਕੇ ਇਸ ਮਧੁਰ ਅਤੇ ਰੂਹਾਨੀਅਤ ਭਰੀ ਪਵਿੱਤਰ ਪੰਜਾਬੀ ਭਾਸ਼ਾ ਨੂੰ ਕਲੰਕਿਤ ਕੀਤਾ, ਜਿਸ ਲਈ 7 ਜਨਮ ਤਾਂ ਕੀ 1000 ਜਨਮ ਤੱਕ ਵੀ ਤੁਹਾਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਕੀਤੇ ਗਏ ਇਹਨਾਂ ਸਾਰੇ ਪਾਪਾਂ ਤੋਂ ਜੇਕਰ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਹਰ ਇੱਕ ਮੰਚ 'ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੋਕਾਂ ਨੂੰ ਸੁਣਾਓ। ਮੇਰੇ ਬਾਬਾ ਨਾਨਕ ਦੀ ਮਨੁੱਖਤਾ ਦੀ ਸੇਵਾ ਦੀ ਉਸਤਤ ਕਰਦੇ ਹੋਏ ਗਾਣੇ ਰੱਜ ਰੱਜ ਕੇ ਗਾਓ। ਫਿਰ ਦੇਖਣਾ ਪੰਜਾਬ ਕੀ ਪੂਰੀ ਦੁਨੀਆ ਤੁਹਾਨੂੰ ਸਿਰ ਝੁਕਾ ਕੇ ਸਲਾਮ ਕਰਦੀ ਹੋਈ ਨਾਨਕ ਦੀ ਉਸਤਤ ਸੁਣੇਗੀ, ਕਿਉਂਕਿ ਮੇਰੇ ਨਾਨਕ ਦੀ ਉਸਤਤ ਤਾਂ ਲੱਖ ਆਗਾਸ ਲੱਖ ਪਤਾਲਾ ਪਤਾਲ ਵੀ ਗੌਰ ਨਾਲ ਸੁਣਦੇ ਹਨ। ਰੱਬ ਤੁਹਾਨੂੰ ਸਦਬੁੱਧੀ ਦੇਵੇ। ਪੰਜਾਬੀ ਮਾਂ ਬੋਲੀ ਦਾ ਸੇਵਕ ਪੰਡਿਤ ਰਾਓ ਧਰੇਂਦਰ ਦੱਸ ਦਈਏ ਕਿ ਪਹਿਲਾਂ ਵੀ ਕਈ ਅਜਿਹੇ ਪੰਜਾਬੀ ਗਾਇਕਾਂ ਵਿਰੁੱਧ ਆਵਾਜ਼ ਬੁਲੰਦ ਕਰ ਚੁੱਕੇ ਹਨ, ਜੋ ਹਥਿਆਰ, ਨਸ਼ੇ ਅਤੇ ਭੜਕਾਊ ਕਿਸਮ ਦੇ ਗਾਣੇ ਗਾ ਚੁੱਕੇ ਹਨ, ਜਿਸ ਤੋਂ ਬਾਅਦ ਕੁਝ ਗਾਇਕਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲ ਚੁੱਕਾ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਪੰਡਿਤ ਰਾਓ ਧਰੇਂਦਰ ਦੀ ਚਿੱਠੀ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5:30 ਬੈਂਡ ਹੈ 5:30 ਬੈਂਡ ਥੋੜੇ ਹੁੰਦੇ ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੀ ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 55% ਆਏ ਉਹ 50 ਵੀ ਚੱਲਣਗੇ ਚਲੋ 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 ਯਾਰ ਢਿੱਲੇ ਕਿਉਂ ਬੈਠੇ ਹੋ ਕਾਲਾ ਕਿਉਂ ਪਹਿਨਣਾ ਉਹ ਕਾਲੇ ਤੇ ਪਹਿਨਣਾ ਬਾਹਰ ਬਹੁਤ ਸਾਰੇ ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374 75 ਸੈਕਟਰ 17D ਚੰਡੀਗੜ੍ਹ ਕੰਟੈਕਟ 0181 5044 999